हाँ जी दोस्तों, सत श्री अकाल जी सारियां नूं, की हाल चाल ने। स्वागत है तुहाडा अपने चैनल पंजाबी इन हंगरी ते। अज दी गल्लबात आपां यूरोप दीआं कंट्रियां बारे विआह बारे दसांगे वी कित्थे किहड़ी कंट्री दे विच लोक जाके विआह करवाउंदे ने, हैना। कित्थे जाके विआह करवाउणा सौखा जे तुसीं अपनी कंट्री दे विच विआह नहीं करवा सकदे, हैना। जिवें हुण ला लो वी कि कई वारी मुंडा कुड़ी आउंदे ने, उह इधर आ के विआह करवाउणा चाहुंदे हुंदे आ, वी किहड़ी कंट्री विच सौखा विआह करवाउणा वा, कित्थों जल्दी मैरिज सर्टिफिकेट मिल जांदा, जां तुसीं इधरले किसी सना सिटीजन विआह करवाउणा चाहुंदे हो वी छेती पक्के हो जाइए, तां उह किहड़ा देश आ ना जिथे पक्के हो जाइए। ते क्रोएशिया, रोमानिया, हंगरी बारे वी दसूंगा वी इत्थे किन्ने टाइम बाद आपां पक्के हुंदे ਆ, ਹਨਾ। ਤੇ ਆਜੋ ਸ਼ੁਰੂ ਕਰਦੇ ਆ ਵੀਡੀਓ। ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕ੍ਰੋਏਸ਼ੀਆ ਦੀ, ਵੀ ਕ੍ਰੋਏਸ਼ੀਆ ਦੇ ਵਿੱਚ ਜੇ ਤੁਸੀਂ ਆ ਕੇ ਵਿਆਹ ਕਰਾਉਂਦੇ ਹੋ ਤਾਂ ਕਿੰਨੇ ਕੁ ਟਾਈਮ ਦੇ ਵਿੱਚ ਪੱਕਾ ਹੋ ਜਾਂਦੇ ਹੋ, ਹਨਾ। ਇੱਧਰਲੇ ਤੁਸੀਂ ਕਿਸੇ ਵੀ ਹਸਬੈਂਡ ਨਾਲ ਕਰਾਉਂਦੇ ਹੋ, ਆਪਣੇ ਵਾਈਫ ਨਾਲ ਇੱਧਰ ਵਿਆਹ ਕਰਾਉਂਦੇ ਹੋ, ਇੱਧਰਲੇ ਸਿਟੀਜ਼ਨਸ਼ਿਪ ਨਾਲ, ਤਾਂ ਕ੍ਰੋਏਸ਼ੀਆ ਦੇ ਵਿੱਚ ਵੈਸੇ ਤਾਂ ਜਿਹੜੀ ਸਿਟੀਜ਼ਨਸ਼ਿਪ ਆ ਪਾਸਪੋਰਟ ਆ ਉਹ ਲਗਭਗ ਤੁਸੀਂ 5 ਸਾਲ ਇੱਥੇ ਲਗਾਤਾਰ ਰਹਿੰਦੇ ਹੋਣੇ ਚਾਹੀਦੇ ਹੋ ਕ੍ਰੋਏਸ਼ੀਆ ਦੇ ਵਿੱਚ ਲੀਗਲੀ, ਫਿਰ ਉਦੋਂ ਬਾਅਦ ਇੱਥੇ ਦਾ ਪਾਸਪੋਰਟ ਲੈ ਸਕਦੇ ਹੋ। ਪਰ ਜੇ ਵਿਆਹ ਦੀ ਗੱਲ ਕਰੀਏ, ਵਿਆਹ ਇਦੋਂ ਵੀ ਔਖਾ ਵਾ ਪ੍ਰੋਸੈਸ ਵੀ ਪਾਸਪੋਰਟ ਲੈਣਾ। ਵਿਆਹ ਕਰਾਉਣ ਲਈ ਤੁਹਾਨੂੰ ਆਪਣੇ ਜਿਹੜੇ ਲਾਈਫ ਪਾਰਟਨਰ ਹੋਊਗਾ ਉਹਦੇ ਨਾਲ ਲਗਾਤਾਰ 8 ਸਾਲ ਰਹਿਣਾ ਪਊਗਾ ਇੱਥੇ ਲੀਗਲੀ। ਜੇ ਤੁਸੀਂ ਲਗਾਤਾਰ ਇੱਥੇ ਰਹਿੰਦੇ ਹੋ, ਤੁਹਾਡੇ ਬੱਚੇ ਨੇ ਜਾਂ ਬੱਚਿਆਂ ਨਾਲ, ਹੋ ਸਕਦਾ ਵੀ ਤੁਸੀਂ 5 ਸਾਲ ਬਾਅਦ ਵੀ ਤੁਹਾਨੂੰ ਮਿਲ ਸਕਦਾ ਵਾ ਪਾਸਪੋਰਟ। ਜੇ ਤੁਸੀਂ ਬੱਚੇ ਨਹੀਂ ਹੈਗੇ ਫਿਰ ਤੁਹਾਨੂੰ 8 ਸਾਲ ਲਗਾਤਾਰ ਕ੍ਰੋਏਸ਼ੀਆ ਦੇ ਵਿੱਚ ਰਹਿਣਾ ਪਊਗਾ, ਫਿਰ ਜਾ ਕੇ ਪਾਸਪੋਰਟ ਮਿਲੂਗਾ। ਅਤੇ ਹੁਣ ਜੇ ਗੱਲ ਬਾਤ ਕਰਾਂ ਮੈਂ ਰੋਮਾਨੀਆ ਦੀ, ਰੋਮਾਨੀਆ ਦੇ ਵਿੱਚ ਵੀ ਇੱਦਾਂ ਹੀ ਆ। ਰੋਮਾਨੀਆ ਦੇ ਵਿੱਚ ਵੈਸੇ ਤਾਂ 7-8 ਸਾਲ ਲੱਗ ਜਾਂਦੇ ਆ ਪਾਸਪੋਰਟ ਲੈਣ ਲਈ, ਕਈਆਂ ਨੂੰ ਛੇਤੀ ਵੀ ਮਿਲ ਜਾਂਦਾ, ਅਲੱਗ ਅਲੱਗ ਪ੍ਰੋਸੈਸ ਨੇ। ਪਰ ਜੇ ਵਿਆਹ ਕਰਾਉਂਦੇ ਹੋ, ਵਿਆਹ ਕਰਾ ਕੇ ਵੀ ਤੁਹਾਨੂੰ 5 ਸਾਲ ਲਗਾਤਾਰ ਰਹਿਣਾ ਪਊਗਾ ਰੋਮਾਨੀਆ ਦੇ ਵਿੱਚ, ਫਿਰ ਜਾ ਕੇ ਪਾਸਪੋਰਟ ਆ ਜਿਹੜਾ ਰੋਮਾਨੀਆ ਵਾਲੇ ਦਿੰਦੇ ਨੇ। ਅਤੇ ਹੁਣ ਜੇ ਮੈਂ ਗੱਲ ਕਰਾਂ ਹੰਗਰੀ ਦੀ, ਹੰਗਰੀ ਦੇ ਇਹਨਾਂ ਦੇ ਕਾਨੂੰਨ ਨੇ ਜਿਹੜੇ ਵੀ ਮਿਲੇ ਹੀ ਨਾ ਕਿਸੇ ਨੂੰ, ਇੱਥੇ ਲਗਾਤਾਰ ਤੁਸੀਂ 8 ਸਾਲ ਤੁਹਾਨੂੰ ਰਹਿਣਾ ਪਊਗਾ, ਫਿਰ ਜਾ ਕੇ ਆਪਾਂ ਪਾਸਪੋਰਟ ਲੈਂਦੇ ਹਾਂ। ਅਤੇ ਇੱਥੇ ਜੇ ਤੁਸੀਂ ਵਿਆਹ ਕਰਾ ਲੈਂਦੇ ਹੋ, ਤੁਹਾਡੇ ਬੱਚੇ ਹੋ ਜਾਂਦੇ ਨੇ, ਤਾਂ ਤੁਹਾਨੂੰ ਇਹ 5 ਸਾਲ ਬਾਅਦ ਜਿਹੜਾ ਪਾਸਪੋਰਟ ਦੇ ਸਕਦੇ ਨੇ, ਹੈ ਨਾ, ਤੁਹਾਡੇ ਲਾਈਫ ਪਾਰਟਨਰ ਦੇ ਸਿਰ 'ਤੇ, ਹੈ ਨਾ। ਜੇ ਉਹ ਇੱਧਰਲਾ ਹੰਗੇਰੀ ਹੈ ਨਾ, ਫਿਰ ਤੁਹਾਨੂੰ 5 ਸਾਲ ਬਾਅਦ ਤੁਹਾਡੇ ਬੱਚੇ ਨੇ, ਫਿਰ ਜਾ ਕੇ ਮਿਲਦਾ 5 ਸਾਲ ਬਾਅਦ ਪਾਸਪੋਰਟ। ਹੁਣ ਜੇ ਆਪਾਂ ਆਸਾਨ ਕੰਟਰੀ ਦੀ ਗੱਲ ਕਰੀਏ ਵੀ ਜਿੱਥੇ ਛੇਤੀ ਬੰਦਾ ਪੱਕਾ ਹੋ ਜਾਂਦਾ ਵਿਆਹ ਕਰਾ ਕੇ, ਉਹ ਆ ਜਾਂਦਾ ਜੀ ਸਪੇਨ ਦੇ ਹਿੱਸੇ। ਸਪੇਨ ਦੀ ਕੰਟਰੀ, ਸਪੇਨ ਕੰਟਰੀ ਤੁਹਾਨੂੰ ਪਤਾ ਹੀ ਆ ਕਿੰਨੀ ਵਧੀਆ ਸ਼ੈਨਗਨ ਯੂਰੋਪੀਅਨ ਕੰਟਰੀ ਆ। ਅਤੇ ਇੱਥੇ ਜੇ ਤੁਸੀਂ ਇੱਧਰਲੇ ਸਿਟੀਜ਼ਨ ਨਾਲ ਵਿਆਹ ਕਰਾਉਂਦੇ ਹੋ ਸਪੇਨ ਦੇ ਨਾਲ, ਤਾਂ ਤੁਸੀਂ 1 ਸਾਲ ਬਾਅਦ ਹੀ ਪੱਕੇ ਹੋਣ ਲਈ ਪੇਪਰ ਲਾ ਸਕਦੇ ਹੋ, ਹੈ ਨਾ। ਕਿਉਂਕਿ ਇੱਧਰਲੇ ਇੱਥੇ ਕਾਨੂੰਨ ਜਿਹੜੇ ਸੌਖੇ ਨੇ ਵੀ ਵਿਆਹ ਕਰਾ ਕੇ ਛੇਤੀ ਤੁਸੀਂ ਪੱਕਾ ਹੋਵੋ। ਜੇ ਲਗਾਤਾਰ 1 ਸਾਲ ਰਹਿੰਦੇ ਹੋ ਤਾਂ ਉਦੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ਸਿਟੀਜ਼ਨਸ਼ਿਪ, ਜੇ ਇਕੱਠੇ ਰਹਿੰਦੇ ਹੋ, ਹੈ ਨਾ। ਜੇ ਤੁਹਾਡੇ ਕੋਲ ਬੱਚਾ ਫਿਰ ਤਾਂ ਹੋਰ ਵੀ ਆਸਾਨ ਹੋ ਜਾਂਦਾ ਵਾ, ਇਸ ਲਈ ਸਪੇਨ ਦੇ ਵਿੱਚ ਛੇਤੀ ਤੁਸੀਂ ਪੱਕਾ ਹੋ ਸਕਦੇ ਹੋ ਵਿਆਹ ਕਰਾ ਕੇ। ਅਤੇ ਹੁਣ ਜੇ ਮੈਂ ਗੱਲ ਕਰਾਂ ਵੀ ਡੈਨਮਾਰਕ ਕੰਟਰੀ ਦੀ, ਹੈ ਨਾ, ਡੈਨਮਾਰਕ ਇੱਕੋ ਇੱਕ ਕੰਟਰੀ ਆ ਜਿੱਥੇ ਇੱਧਰਲੇ ਯੂਰੋਪੀਅਨ ਲੋਕ ਵੀ ਹੋਰ ਦੇਸ਼ਾਂ ਦੇ ਲੋਕ ਵੀ ਵਿਆਹ ਕਰਾਉਣ ਲਈ ਬਹੁਤ ਜਾਂਦੇ ਨੇ, ਕਿਉਂਕਿ ਡੈਨਮਾਰਕ ਦੇ ਵਿੱਚ ਵਿਆਹ ਕਰਾਉਣਾ ਸੌਖਾ ਵਾ। ਜੇ ਤੁਸੀਂ ਮਤਲਬ ਹੁਣ ਲਾ ਲਓ ਵੀ ਤੁਸੀਂ ਇੰਡੀਆ ਤੋਂ ਹੀ ਹੋ ਦੋਨੋਂ ਜਾਣੇ, ਹੈ ਨਾ, ਤੁਹਾਡੀ ਸਿਟੀਜ਼ਨ ਜਿਹੜੀ ਆ ਇੰਡੀਅਨ ਆ, ਇੰਡੀਅਨ ਪਾਸਪੋਰਟ ਆ ਤੁਹਾਡੇ ਕੋਲ, ਮੁੰਡਾ ਕੁੜੀ ਹੈਗੇ ਹੋ ਤੁਸੀਂ ਜਾਂ ਸਮਲਿੰਗੀ ਵੀ ਹੋ, ਤਾਂ ਡੈਨਮਾਰਕ ਜਾ ਕੇ ਵਿਆਹ ਕਰਾ ਸਕਦੇ ਹੋ, ਹੈ ਨਾ। ਕਿਉਂਕਿ ਡੈਨਮਾਰਕ ਦਾ ਕਾਨੂੰਨ ਆ ਜਿਹੜਾ ਵੀ ਵਿਆਹ ਕਰਾਉਣ ਦੀ ਇਜਾਜ਼ਤ ਦਿੰਦਾ ਇੱਥੇ ਬਾਹਰਲੇ ਲੋਕਾਂ ਨੂੰ। ਅਤੇ ਉੱਥੇ ਜਦੀ ਤੁਹਾਨੂੰ ਜਿਹੜਾ ਮੈਰਿਜ ਸਰਟੀਫਿਕੇਟ ਵੀ ਈਜ਼ੀ ਮਿਲ ਜਾਂਦਾ ਵਾ ਜੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਤਾਂ ਡੈਨਮਾਰਕ ਇੱਕ ਵਧੀਆ ਕੰਟਰੀ ਆ। ਕਿਉਂਕਿ ਇੱਧਰਲੇ ਲੋਕ ਬਹੁਤ ਉੱਥੇ ਵਿਆਹ ਕਰਾਉਣ ਜਾਂਦੇ ਆ, ਤੁਸੀਂ ਦੇਖਿਆ ਵੀ ਹੋਊਗਾ, ਬਸ ਉੱਥੇ ਬੁਕਿੰਗ ਕਰਾਉਣੀ ਪੈਂਦੀ ਆ ਜਾਣ ਤੋਂ ਪਹਿਲਾਂ, ਹੈ ਨਾ, ਜਿੱਥੇ ਵਿਆਹ ਹੁੰਦੇ ਨੇ। ਵੀ ਜੇ ਤੁਹਾਨੂੰ ਬੁਕਿੰਗ ਡੇਟ ਮਿਲ ਜਾਂਦੀ ਆ ਤਾਂ ਤੁਸੀਂ ਜਾ ਕੇ ਵਿਆਹ ਕਰਾ ਸਕਦੇ ਹੋ। ਉੱਥੇ 5 ਲੈਂਗੁਏਜ ਦੇ ਵਿੱਚ ਸਰਟੀਫਿਕੇਟ ਦਿੰਦੇ ਨੇ, ਉਹ ਇੰਗਲਿਸ਼ ਹੋ ਗਈ, ਜਰਮਨ ਹੋ ਗਈ, ਫਰੈਂਚ ਹੋ ਗਈ, ਇੱਕ ਉਹਨਾਂ ਦੀ ਡੈਨਮਾਰਕ ਦੀ ਆਪਣੀ, ਅਤੇ ਇੱਦਾਂ ਜਾਣੀ 5 ਲੈਂਗੁਏਜ ਦੇ ਵਿੱਚ ਚੂਜ਼ ਕਰਕੇ ਤੁਸੀਂ ਕਿਸੇ ਵੀ ਲੈਂਗੁਏਜ ਦੇ ਵਿੱਚ ਵਿਆਹ ਕਰਾ ਸਕਦੇ ਹੋ। ਤੁਹਾਨੂੰ ਉੱਥੇ ਤੁਹਾਨੂੰ ਉਹ ਲੈਂਗੁਏਜ ਦੇ ਵਿੱਚ ਜਿਹੜਾ ਸਰਟੀਫਿਕੇਟ ਮਿਲ ਜੂਗਾ ਡੈਨਮਾਰਕ ਦੇ ਵਿੱਚ। ਅਤੇ ਵਿਆਹ ਕਰਾਉਣ ਲਈ ਕੋਈ ਕੰਟਰੀ ਨਹੀਂ ਮਿਲ ਰਹੀ ਯੂਰੋਪੀਅਨ ਯੂਨੀਅਨ ਵਿੱਚ, ਤਾਂ ਤੁਹਾਨੂੰ ਡੈਨਮਾਰਕ ਬੈਸਟ ਕੰਟਰੀ ਆ, ਉੱਥੇ ਜਾ ਕੇ ਵਿਆਹ ਕਰਾ ਸਕਦੇ ਹੋ। ਅਤੇ ਬਾਕੀ ਇੱਦਾਂ ਦੀਆਂ ਹੋਰ ਵੀਡੀਓ ਲਈ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਰਹੋ, ਅਤੇ ਇੰਸਟਾਗ੍ਰਾਮ 'ਤੇ ਵੀ ਆਪਾਂ ਨੂੰ ਫੋਲੋ ਕਰ ਲਓ ਪਰਮ 9991 'ਤੇ, ਠੀਕ ਆ ਜੀ। ਬਾਕੀ ਧੰਨਵਾਦ ਸਾਰਿਆਂ ਦਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।